ਖਬਰ ਆ ਰਹੀ ਗੁਰਦਾਸਪੁਰ ਤੋਂ ਜਿੱਥੇ ਕਿ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾ ਦੇ ਨਾਂ ਦੇ ਪਿੰਡ ਗੱਗੋਵਾਲ ਵਿਖੇ ਦੋ ਔਰਤਾਂ ਦਾ ਕਤਲ ਹੋ ਗਿਆ। ਕਤਲ ਹੋਈਆਂ ਔਰਤਾਂ ਆਪਸ ਦੇ ਵਿੱਚ ਤਾਈ ਭਤੀਜੀ ਸਨ। ਜ਼ਿਕਰਯੋਗ ਹੈ ਕਿ ਦੋਸ਼ੀ ਕਾਤਲ ਵੱਲੋਂ ਦੋ ਵਿਆਹ ਕਰਵਾਏ ਗਏ ਸਨ ਅਤੇ ਦੂਸਰੀ ਪਤਨੀ ਨਾਲ ਮਿਲ ਕੇ ਜਾਇਦਾਦ ਖਾਤਰ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀ ਮੰਗਲ ਸਿੰਘ ਖੁਦ ਵੀ ਪੁਲਿਸ ਮਹਿਕਮੇ ਅੰਦਰ ਥਾਣੇਦਾਰ ਹੈ। ਪੁਲਿਸ ਵੱਲੋਂ ਦੋਸ਼ੀ ਮੰਗਲ ਸਿੰਘ ਅਤੇ ਉਸਦੀ ਦੂਸਰੀ ਪਤਨੀ ਸਮੇਤ ਤਿੰਨ ਲੋਕਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦੋਸ਼ੀ ਫਰਾਰ ਨੇ। ਉੱਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਸੰਨ 91 ਦੇ ਵਿੱਚ ਪੂਰੇ ਰਸਮੋਂ ਰੀਤੀ ਰਿਵਾਜ਼ਾਂ ਦੇ ਨਾਲ 10-15 ਤੋਲੇ ਸੋਨਾ ਪਾ ਕੇ ਸਾਰਾ ਦਾਜ ਦਿਖਾਉਣ ਉਸ ਸਮੇਂ ਦੇ ਮੁਤਾਬਕ ਅਸੀਂ ਆਪਣੀ ਹੈਸੀਅਤ ਦੇ ਮੁਤਾਬਕ ਦਿੱਤਾ, ਸਭ ਕੁਛ ਕੀਤਾ। ਸੰਨ 92 ਦੇ ਵਿੱਚ ਇਹਦੀ ਬੇਟੀ ਨੇ ਜਨਮ ਲਿਆ, 94 ਦੇ ਵਿੱਚ ਬੇਟੇ ਨੇ ਜਨਮ ਲਿਆ ਵਾ। ਉਸ ਤੋਂ ਬਾਅਦ 2007 ਦੇ ਵਿੱਚ ਮਤਲਬ ਸਾਡਾ ਆਉਣ ਜਾਣ ਜਿਹਾ ਬਣਿਆ ਰਿਹਾ ਅਤੇ ਅਸੀਂ ਮੇਰੇ ਹਸਬੈਂਡ ਅਤੇ ਮੇਰਾ ਬੇਟਾ ਆਇਆ ਵਾ ਅਤੇ ਇਹਨਾਂ ਨੇ ਵਿਹੜੇ ਦੇ ਵਿੱਚ ਇਹ ਜਿਹੜੀ ਸੋਨੀਆ ਇਹਨੂੰ ਦੇਖਿਆ ਅਤੇ ਨਾਲ ਇੱਕ ਛੋਟਾ ਜਿਹਾ ਬੱਚਾ ਅਤੇ ਕਹਿੰਦੇ ਵੀ ਇਹ ਕੌਣ ਆ ਅਤੇ ਕਹਿੰਦੀ ਕਿ ਮੈਂ ਇਹਦੀ ਸੌਤਣ ਆ। ਜਿਹਦੇ ਵਿੱਚ ਉਹਨੇ ਪਰੇਸ਼ਾਨੀ ਦੇ ਵਿੱਚ ਸਾਡੀ ਬੇਟੀ ਨੇ ਆਪਣਾ ਦਿਲ ਮਤਲਬ ਸਮਝੋ ਕਿ ਦਿਮਾਗੀ ਤੌਰ 'ਤੇ ਅਪਸੈਟ ਰਹਿਣ ਲੱਗੇ। ਆਟੋਮੈਟਿਕਲੀ ਇਹ ਕੰਮ ਹੋ ਸਕਦਾ ਸੀ ਕਿ ਕੋਈ ਵੀ ਉਹਦੇ ਥਾਂ 'ਤੇ ਹੁੰਦਾ ਅਤੇ ਉਹ ਵੀ ਇਹ ਸਭ ਕੁਛ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ। ਔਰ ਅੱਜ ਇਹਨੇ ਬਹੁਤ ਹੱਦੋਂ ਵੱਧ ਕਰ ਦਿੱਤੀ ਆ। ਜਿਹੜਾ ਇਹਦਾ ਛੋਟਾ ਦਿਓਰ ਸੀ ਉਹਦੀ ਦਿਓਰ ਵੀ ਸ਼ਰਾਬ ਪੀਂਦਾ ਸੀਗਾ ਅਤੇ ਜਿਹੜੀ ਦਰਾਣੀ ਸੀ ਉਹਨਾਂ ਨੇ ਸ਼ਰਾਬੀ ਹਾਲਤ ਦੇ ਵਿੱਚ ਇਹਨਾਂ ਨੇ ਸਹੁਰੇ ਨੇ ਵੀ ਅਤੇ ਦੇਰ ਨੇ ਵੀ ਕੁੱਟ ਮਾਰ ਕੇ ਕੱਢ ਦਿੱਤੀ। ਇਹ ਜਿਹੜੀ ਬੱਚੀ ਦੀ ਅੱਜ ਡੈਥ ਹੋਈ ਆ ਉਸ ਟਾਈਮ ਇਹ ਸਾਰੀ 4 ਕੁ ਸਾਲ ਦੀ ਸੀ ਅਤੇ ਇਸ ਬੱਚੀ ਦੀ ਪਰਵਰਿਸ਼ ਵੀ ਜਿਹੜੀ ਆ ਇਹਨੇ ਸਾਡੀ ਬੇਟੀ ਨੇ ਅਤੇ ਸਾਡੀ ਬੇਟੀ ਦੀ ਬੇਟੀ ਨੇ ਦੋਵਾਂ ਭੈਣਾਂ ਨੇ ਮਤਲਬ ਕਿ ਰਲ ਮਿਲ ਕੇ ਆਪਣਾ ਟਾਈਮ ਬਸਰ ਕੀਤਾ। ਸਾਡੀ ਬੇਟੀ ਦੀ ਬੇਟੀ ਸਾਡੀ ਦੋਤੀ ਜਿਹੜੀ ਉਹਦੀ ਮੈਰਿਜ ਹੋ ਗਈ, ਉਹਦੀ ਬੇਟੀ ਬੇਟਾ ਸ਼ਾਇਦ ਕਿ ਬੇਟੀ ਆ ਸਾਨੂੰ ਮਤਲਬ ਜਾਣਾ ਆਉਣਾ ਸਾਡਾ ਘੱਟ ਇਹਨਾਂ ਨੇ ਕਰ ਛੱਡਿਆ ਉਸ ਟਾਈਮ ਦਾ ਹੀ। ਕੁਛ ਸਮਾਂ ਪਹਿਲਾਂ ਜਦੋਂ ਇਹਨਾਂ ਨੂੰ ਫਿਰ ਸਾਨੂੰ ਪਤਾ ਲੱਗਾ ਵੀ ਇਹਨੇ ਦੂਸਰੀ ਮੈਰਿਜ ਕਰ ਲਈ ਹੈ, ਬੱਚਾ ਵੀ ਆ ਉਹਦਾ, ਅਤੇ ਅਸੀਂ ਜਦੋਂ ਆਏ ਹਾਂ ਇਹਨਾਂ ਦੇ ਨਾਲ ਫਿਰ ਅਸੀਂ ਆਪਣੀ ਬੇਟੀ ਦਾ ਕੁਛ ਨਾ ਕੁਛ ਥੋੜ੍ਹਾ ਇਹਦੇ ਨਾਲ ਕੰਪਰੋਮਾਈਜ਼ ਕੀਤਾ ਵੀ ਚਲੋ ਸਾਡੀ ਬੱਚੀ ਨੂੰ ਤੁਸੀਂ ਠੀਕ ਢੰਗ ਨਾਲ ਰੱਖੋਗੇ ਅਤੇ ਅਸੀਂ ਸਹਿਮਤ ਹਾਂ ਤੁਹਾਡੇ ਨਾਲ, ਬਾਕੀ ਸਾਡੀ ਜਿਹੜੀ ਜੋ ਨੋਮੀਨੇਟ ਕਾਗਜ਼ ਪੱਤਰ ਆ ਸਾਰਾ ਸਾਡੀ ਬੇਟੀ ਦੇ ਨਾਂ 'ਤੇ ਹੋਣਾ ਚਾਹੀਦਾ, ਜਿਹਦੇ ਵਿੱਚ ਮੰਗਲ ਸਿੰਘ ਸਹਿਮਤ ਹੋ ਗਿਆ ਕਿ ਬਿਲਕੁਲ ਠੀਕ ਇਸ ਤਰ੍ਹਾਂ ਹੀ ਹੋਊਗਾ। ਉਸ ਤੋਂ ਬਾਅਦ ਅੱਜ ਅਸੀਂ ਸਾਨੂੰ ਪਤਾ ਲੱਗਾ ਵਾ ਵੀ ਇਹਨਾਂ ਨੇ ਸਾਡੀ ਬੇਟੀ ਨੂੰ ਅਤੇ ਜਿਹੜੀ ਉਹ ਚਾਰ ਸਾਲ ਦੀ ਬੱਚੀ ਅੱਜ ਮਾਸੂਮੀਅਤ ਦਾ ਕਤਲ ਕਰਕੇ ਨਾਲ ਸਾਡੀ ਬੇਟੀ ਦਾ ਕਤਲ ਕਰਕੇ ਜੋ ਇਹਨਾਂ ਨੇ ਹੈਵਾਨੀਅਤ ਦਾ ਸਬੂਤ ਦਿੱਤਾ, ਇਹਨਾਂ ਦੇ ਅਸੀਂ ਇਹ ਚਾਹੁੰਦੇ ਹਾਂ ਕਿ ਇਹੋ ਜਿਹੀ ਕਾਰਵਾਈ ਹੋਵੇ ਕਿ ਜਿਹੜੀ ਦੁਨੀਆ ਯਾਦ ਕਰੇ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਦੋਹਰਾ ਕਤਲ ਨਾ ਕੋਈ ਕਰ ਸਕੇ। ਮੈਂ ਬਾਂਗੋਆਣੀ ਦਾਣਾਵੜੀ ਮੌਜੂਦ ਸੀਗਾ, ਮੈਨੂੰ ਮੁਨਸ਼ੀ ਤੋਂ ਤਲਾਹ ਮਿਲੀ ਫੋਨ 'ਤੇ ਪਿੰਡ ਗੱਗੋਵਾਲੀ ਵਿੱਚ ਤਾਈ ਅਤੇ ਭਤੀਜੀ ਦਾ ਕਤਲ ਹੋਇਆ, ਉਹਦੇ ਵਾਸ ਆਏ ਹੋਏ ਨੇ ਅਤੇ ਮੈਂ ਕਾਰ ਵੀ ਵਾਸਤੇ ਪਹੁੰਚਿਆ ਸੀਗਾ। ਉੱਥੇ ਜਾ ਕੇ ਮੈਨੂੰ ਨਿਰਮਲ ਸਿੰਘ ਪੁੱਤਰ ਧਾਮ ਸਿੰਘ ਜੱਟ ਵਾਸੀ ਬਲ ਥਾਣਾ ਸਰ ਬਟਾਲਾ ਠੀਕ ਹੈ ਜੀ ਮੰਨ ਵਾਲੀ ਰਾਜਵੀਰ ਕੌਰ ਦਾ ਬ੍ਰਦਰ ਸੀ ਉਹ ਅਤੇ ਬਾਕੀ ਹੋਰ ਵਾਸ ਮਿਲੇ ਸੀਗੇ, ਉਹਨਾਂ ਦਾ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਜੀ। ਕੀ ਧਾਰਾ 'ਤੇ ਪਰਚਾ ਦਰਜ ਕੀਤਾ? ਧਾਰਾ 302-120 ਆਈ ਪੀ ਸੀ ਦਾ ਦਰਜ ਕੀਤਾ ਜੀ, ਮੁਕਰਮਾ ਨੰਬਰ 72 ਮਿਤੀ 25/11/19। ਕਾਰਨ ਇਹ ਲੱਗਾ ਪਤਾ ਜੀ ਮੌਕੇ 'ਤੇ ਸਾਰਾ ਤਸਦੀਕ ਕੀਤੀ ਆ ਵੀ ਮੰਗਲ ਸਿੰਘ ਪੰਜਾਬ ਪੁਲਿਸ 'ਚ ASI ਆ, ਇਹਦੇ ਬਟਾਲੇ ਜ਼ਿਲ੍ਹੇ ਕੰਮ ਕਰ ਰਿਹਾ ਜੀ। ਉਹ ਪਹਿਲਾਂ ਜਿਹੜੀ ਮਰਨ ਵਾਲੀ ਰਾਜਵੀਰ ਕੌਰ ਸੀ ਉਹਦੀ ਪਹਿਲੀ ਹੀ ਪਤਨੀ, ਇਹਨੇ ਉਹਨੂੰ ਬਿਨਾਂ ਮਰਜ਼ੀ ਤੋਂ ਦੂਸਰਾ ਵਿਆਹ ਇੱਕ ਲੜਕੀ ਹੋਰ ਆ ਸਰਵਿੰਦਰ ਕੌਰ ਖੁੰਡੀ ਪਿੰਡ ਆ ਧਾਰੀਵਾਲ ਲਾਗੇ ਉਹਨਾਂ ਕਰਵਾਇਆ ਸੀ। ਅਤੇ ਜਦੋਂ ਇਹ ਮੈਰਿਜ ਸੀ ਉਦੋਂ ਥੋੜ੍ਹਾ ਇਹਨਾਂ ਨੇ ਐਕੁਟਮੈਂਟ ਕੀਤੀ ਸੀਗੀ ਵੀ ਅਸੀਂ ਜੋ ਬੈਨੀਫਿਟ ਹੋਣਗੇ ਮੰਗਲ ਸਿੰਘ ਨੇ ਉਹ ਰਾਜਵੀਰ ਕੌਰ ਲੈ ਗਈ, ਉਹ ਫਿਰ ਉਹਨੇ ਕੋਈ ਫਿਲਹਾਲ ਕੋਈ ਇਤਰਾਜ਼ ਨਹੀਂ ਕੀਤਾ ਜੀ। ਉਸ ਤੋਂ ਬਾਅਦ ਉਹ ਬਾਅਦ ਖਾਰ ਖਾਣ ਲੱਗ ਪਿਆ ਪੈਲੀ ਕਰਕੇ ਵੀ, ਕਿਉਂਕਿ ਮੰਗਲ ਸਿੰਘ ਦਾ ਛੋਟਾ ਭਰਾ ਗੁਰਪਾਲ ਸਿੰਘ ਸੀ ਉਹਦੀ ਵੀ ਡੈਥ ਹੋਈ ਸੀਗੀ, ਉਹਦੀ ਘਰ ਦੀ ਛੱਡ ਕੇ ਚਲ ਗਈ ਸੀਗੀ, ਉਹਦੀ ਇੱਕ ਲੜਕੀ ਸੀ ਗੁਰਪ੍ਰੀਤ ਕੌਰ ਉਹਦਾ ਵੀ ਨਾਲ ਕਤਲ ਹੋਇਆ। ਉਹ ਹੁਣ ਇਹ ਬਿਆਨਾਂ 'ਚ ਆਇਆ ਵੀ ਇਹਨਾਂ ਨੇ ਸਿਰਫ ਜ਼ਮੀਨ ਦੀ ਵੰਡ ਕਰਕੇ ਜਾਂ ਉਹ ਫੰਡ ਵਗੈਰਾ ਮਿਲਣੇ ਸੀਗੇ ਮੰਗਲ ਸਿੰਘ ਦੇ ਮਹਿਕਮੇ ਦੇ ਕਿਸੇ ਜਦੋਂ ਰਿਟਾਇਰ ਹੋਣਾ ਜਾਂ ਕੋਈ ਗੱਲ ਹੁੰਦੀ ਉਹ ਸਿਰ ਹੜੱਪਣ ਦੀ ਖਾਤਰ ਇਹਨਾਂ ਨੇ ਉਹਨਾਂ ਦਾ ਦੋਵਾਂ ਦਾ ਮਿਲ ਕੇ ਕਤਲ ਕੀਤਾ ਸ਼ਾਇਦ ਸਨ ਨਹੀਂ ਅਜੇ ਦੋਸ਼ੀ ਕੋਈ ਗ੍ਰਿਫਤਾਰ ਨਹੀਂ ਤਾ ਜੀ। ਤਿੰਨ ਬੰਦਿਆਂ ਖਿਲਾਫ਼ ਪਰਚਾ ਦਰਜ ਹੋਇਆ ਜੀ, ਮੰਗਲ ਸਿੰਘ ਪੁੱਤਰ ਬਸਣ ਸਿੰਘ ਅਤੇ ਸਰਵਿੰਦਰ ਕੌਰ ਪਤਨੀ ਮੰਗਲ ਸਿੰਘ ਅਤੇ ਬਸਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੱਗੋਵਾਲੀ।